ਅੱਛਾ ਕੀ ਮਾਮਲਾ ਕੀ ਮਾਮਲਾ ਇਹ ਟਾਲਾ ਹੁੰਦਾ ਪਿਆ ਜੀ ਨਕੋਦਰ ਸਾਈਡ ਤੋਂ ਜੀ ਅਤੇ ਇਹ ਮੁੰਡੇ ਜਾਂਦੇ ਇਹਨਾਂ ਦੇ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ ਜੀ ਅਤੇ ਕੂੜੇ ਵਾਲੇ ਡੰਪ ਦੇ ਲਾਗੇ ਅਤੇ ਟਾਲੇ ਦੀ ਸਾਈਡ ਵਿੱਚ ਜੀ ਇਹਨਾਂ ਨੂੰ ਅਤੇ ਇਹ ਡਿੱਗ ਅੰਦਰ ਨੂੰ ਪਏ ਨੇ ਅਤੇ ਇਹਨਾਂ ਲੋਕਾਂ ਨੂੰ ਟਾਲੇ ਕਰ ਦਾਂਗੇ ਅੱਛਾ ਜੀ ਦੋਨੋਂ ਜਸਮੀਤ ਸਿੰਘ ਪੁੱਤਰ ਸੋਹਣ ਸਿੰਘ ਜੀ ਜਸੀਰ ਪੁੱਤਰ ਸੋਹਣ ਵਾਸੀ ਪਿੰਡ ਫੇਰਾ ਨਕੋਦਰ ਜੀ ਅਤੇ ਕਰਮਨ ਹੈ ਮੁੰਡਾ ਜੀ ਬਚਾਅ ਹੋ ਗਿਆ ਪਿੱਛੇ ਸੀਗੇ ਦੂਸਰੇ ਅਲੱਗ ਮੋਟਰਸਾਈਕਲ ਦੇ ਉੱਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਪਿੱਛੇ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਬਚਾਅ ਹੋ ਗਿਆ ਅੱਛਾ ਜੀ ਪੇਟ ਬੱਚੇ ਦੇ ਨਾਲ ਅੰਦਰ ਨੂੰ ਲੈ ਕੇ ਉੱਥੇ ਦੇ ਟਰਾਲਾ ਨਿਕਲ ਦੇ ਨਾਲ ਜੀ ਬਹੁਤ ਬੁਰੀ ਤਰ੍ਹਾਂ ਫਸਿਆ ਗਿਆ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਅਤੇ ਘੇਰ ਲਿਆ ਗਿਆ ਅਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੌਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਲੀਟ ਆ ਸਰ ਗੱਡੀ ਨੰਬਰ ਦੱਸ ਸਕਦੇ ਹੋ ਟਰਾਲੇ ਟਰਾਲਾ ਹੈਗਾ PV33E ਨਹੀਂ ਮੋਟਰਸਾਈਕਲ ਦਾ ਨੰਬਰ PV33E 2186 ਜਿਹੜੇ ਦੇ ਸਵਾਰ ਸੀਗੇ ਠੀਕ ਹੈ ਸਰ ਅਤੇ ਟਰਾਲੇ ਦਾ ਨੰਬਰ ਹੈਗਾ PV03AJ9057 ਟਾਟਾ ਦਾ ਟਰਾਲਾ ਗੱਲ ਕੀ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀਗੇ ਅੱਛਾ ਜੀ ਇਹ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਜਿੱਦਾਂ 20 ਕਰਮਾਂ ਪਿੱਛੇ ਜੀ ਅਤੇ ਮੈਂ ਮੋਹਰੇ ਸੀਗਾ ਜੀ ਮੈਂ ਜਿੱਦਾਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਤੁਰਿਆ ਜਾਣਾ ਆਪਦੇ ਧਿਆਨ ਦਿੱਤਾ ਅੱਛਾ ਜੀ ਮੋਹਰੇ ਵੀ ਦੇਖਣਾ ਹੁੰਦਾ ਇੱਧਰੋਂ ਵੀ ਗੱਡੀ ਆਵੇ ਮੈਂ ਆਪਦੇ ਧਿਆਨ ਤੁਰਿਆ ਜਾਂਦਾ ਜੀ ਜਦੋਂ ਮੈਂ ਪਿੱਛੇ ਨਾ ਜਾ ਕੇ ਮੀਡੀਆ ਚੋਂ ਫੋਨ ਦਿੱਤਾ ਜਾ ਕੇ ਜੀ ਮੈਂ ਪਿੱਛੇ ਆਏ ਨਹੀਂ ਮਗਰ ਪਿੱਛੇ ਰਹਿ ਗਿਆ ਫੋਨ ਕੀਤਾ ਫੋਨ ਚੱਕ ਨਹੀਂ ਹੋਇਆ ਜੀ 4-5 ਵਾਰੀ ਮੈਂ ਫੋਨ ਲਾਇਆ ਅੱਛਾ ਜੀ ਫਿਰ ਮੈਂ ਪ੍ਰਿੰਟ ਲਾਇਆ ਮੈਂ ਕਿਹਾ ਵੀ ਫੋਨ ਨਹੀਂ ਚੱਕਣ ਰਹੇ ਉਹਨਾਂ ਦਾ ਨੰਬਰ ਹੋਰ ਵੀ ਕੋਈ ਹੈਗਾ ਕਿ ਜਾਂ ਉਹੀ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਆ ਦੂਸਰਾ ਜਾਂਦਾ ਵੀ ਕਿਸੇ ਦੇ ਵਿੱਚ ਨਹੀਂ ਵੱਜ ਬੁੱਝ ਗਏ ਇਹ ਅੱਛਾ ਜੀ ਜਦੋਂ ਮੈਂ ਉਹ ਤੋਂ ਪਤਾ ਲੱਗਾ ਕਿ ਮੈਂ ਇੱਥੇ ਆ ਕੇ ਕੀ ਨਾਮ ਸੀ ਇਹਨਾਂ ਦਾ ਤੁਹਾਡੇ ਕੀ ਲੱਗਦੇ ਸੀ ਮੇਰਾ ਘਰ ਵਾਲੀ ਦਾ ਭਰਾ ਸੀਗਾ ਘਰਵਾਲੀ ਦਾ ਭਤੀਜਾ ਅਤੇ ਕੀ ਨਾਮ ਇਹਨਾਂ ਦਾ ਇਹ ਪੋਤੀ ਸੀ ਤੁਹਾਨੂੰ ਇੱਕ ਜਸਵੀਰ ਲਾਲ ਸੀਗਾ ਅੱਛਾ ਜੀ ਇੱਕ ਮੁੰਡੇ ਦਾ ਨਾਂ ਇਹਦੇ ਦਾ ਕਰਮਨ ਜੀ ਅਤੇ ਹੁਣ ਜਾ ਕੇ ਫਿਰ ਸਬਜ਼ੀ ਲੈਣ ਜਾ ਰਿਹਾ ਸੀ ਮੰਡੀ ਨੂੰ ਅਤੇ ਕਿੱਥੇ ਰਹਿਣ ਵਾਲੇ ਜਿਹੜਾ ਪਿੰਡ ਦੇ ਸਵੇਰੇ ਕੋਈ ਕਹਿ ਲਓ 7 ਵਜੇ ਦੀ ਘਟਨਾ ਹੈਗੀ ਰਾਕ ਵਾਲਾ ਮੁੱਕੇ ਫੜਿਆ ਗਿਆ ਰਾਕ ਵਾਲਾ ਕਹਿੰਦੇ ਆ ਪੁਲਿਸ ਵਾਲੇ ਜੀ ਘੇਰ ਲਿਆ ਉੱਥੇ